तीज त्योहार ने पिंडा वाले रल के सदा मनाउंदे मंदिर मस्जिद गुरु द्वारे सब दा प्यार वधाउंदे आपस दे विच रल के ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਹਾਂ ਤੁਹਾਡੀ ਆਪਣੀ ਤਜਿੰਦਰ ਕੌਰ ਪੰਜਾਬੀ ਲਹਿਰ ਸਾਂਝਾ ਅਤੇ ਸਾਂਝ ਪੰਜਾਬੀਆਂ ਦੀ ਪ੍ਰੋਗਰਾਮ ਤੁਹਾਨੂੰ ਜੀ ਆਇਆਂ ਆਖਦੀ ਹਾਂ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਮੈਂ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਸਾਡੇ ਚੈਨਲ ਪੰਜਾਬੀ ਲਹਿਰ ਸਾਂਝਾ ਨੂੰ ਬਹੁਤ ਪਿਆਰ ਦੇ ਰਹੇ ਹੋ ਰੱਜ ਕੇ ਪਿਆਰ ਦੇ ਰਹੇ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਔਰ ਜਿਹੜਾ ਅਸੀਂ ਪ੍ਰੋਗਰਾਮ ਸ਼ੁਰੂ ਕੀਤਾ ਮੇਰੇ ਸੋਹਣੇ ਪਿੰਡ ਪੰਜਾਬ ਦੇ ਇਹਦੇ ਵਿੱਚ ਅਸੀਂ ਸਰਹੱਦ ਪਾਰ ਜਾ ਚੁੱਕੇ ਜਿਹੜੇ ਸਾਡੇ ਭੈਣ ਭਰਾ ਨੇ ਜਿਹੜੇ ਸਾਡੇ ਮੁਸਲਮਾਨ ਭਾਈਚਾਰੇ ਦੇ ਲੋਕ ਇੱਧਰੋਂ ਗਏ ਨੇ ਉਹਨਾਂ ਨੂੰ ਉਹਨਾਂ ਦੇ ਪਿੰਡ ਵਿਖਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਹੈ ਸੋ ਉਹਨਾਂ ਦੀ ਬਹੁਤ ਸਾਰੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਦੇ ਪਿੰਡ ਦੀਆਂ ਡਿਮਾਂਡਸ ਨੇ ਕਿ ਸਾਡਾ ਆਹ ਪਿੰਡ ਵਿਖਾਓ ਆਹ ਦਿਖਾਓ ਉਹਨਾਂ ਦੇ ਪਿੰਡ ਦਿਖਾਉਣੇ ਸ਼ੁਰੂ ਕਰ ਦਿੱਤੇ ਆ ਅਤੇ ਅੱਜ ਉਹਨਾਂ ਦੀ ਮੰਗ ਦੇ ਅਨੁਸਾਰ ਮੈਂ ਇੱਕ ਬਹੁਤ ਹੀ ਸੋਹਣਾ ਪਿੰਡ ਦਿਖਾਉਣ ਜਾ ਰਹੀ ਹਾਂ ਵੇਰਕਾ ਜੋ ਕਿ ਹੁਣ ਪਿੰਡ ਤਾਂ ਨਹੀਂ ਰਿਹਾ ਕਾਫੀ ਵੱਡਾ ਕਸਬਾ ਬਣ ਚੁੱਕਾ ਹੈ ਪਰ ਫਿਰ ਵੀ ਮੈਂ ਉਸ ਪਿੰਡ ਦੀ ਕਵਰੇਜ ਕਰਨ ਦੀ ਕੋਸ਼ਿਸ਼ ਕਰਾਂਗੀ ਤਾਂ ਕਿ ਜਿਹੜੇ ਸਾਡੇ ਮੁਸਲਮਾਨ ਭਾਈਚਾਰੇ ਦੇ ਲੋਕ ਸਾਡੇ ਭੈਣ ਭਰਾ ਸਾਡੇ ਦਿਲ ਦੇ ਟੁਕੜੇ ਸਰਹੱਦ ਪਾਰ ਚਲੇ ਗਏ ਉਹਨਾਂ ਨੂੰ ਉਹਨਾਂ ਦਾ ਪਿੰਡ ਜ਼ਰੂਰ ਵਿਖਾਇਆ ਜਾਵੇ ਮਾਝੇ ਦੀ ਜਿੰਦ ਜਾਨ ਵੇਰਕਾ ਮਿਲਕ ਪਲਾਂਟ ਵੇਰਕਾ ਮਿਲਕ ਪਲਾਂਟ ਦੇ ਨਾਂ ਨਾਲ ਹੀ ਵੇਰਕੇ ਨੂੰ ਬਹੁਤ ਜ਼ਿਆਦਾ ਜਾਣਿਆ ਜਾਂਦਾ ਹੈ ਔਰ ਜਿੱਥੇ ਵੀ ਕਿਤੇ ਵੇਰਕਾ ਪ੍ਰੋਡਕਟ ਜਾਂਦੇ ਨੇ ਉੱਥੇ ਵੇਰਕਾ ਦਾ ਨਾਮ ਪਹਿਲੇ ਤੌਰ 'ਤੇ ਲੋਕ ਜਾਣਦੇ ਨੇ ਸਾਡੇ ਦਸਣ ਤੋਂ ਪਹਿਲਾਂ ਲੋਕ ਜਾਣਦੇ ਹੁੰਦੇ ਆ ਪੰਜਾਬ ਦਾ ਦਿਲ ਵੀ ਪਿਓਰ ਦੁੱਧ ਵੀ ਪਿਓਰ ਸੱਚਮੁੱਚ ਹੀ ਵੇਰਕਾ ਮਿਲਕ ਪਲਾਂਟ ਤੋਂ ਬਿਲਕੁਲ ਸ਼ੁੱਧ ਦੁੱਧ ਮਿਲਦਾ ਹੈ ਅਤੇ ਲੋਕਾਂ ਦੀਆਂ ਜਿਹੜੀਆਂ ਜ਼ਰੂਰਤਾਂ ਨੇ ਦੁੱਧ ਦੀਆਂ ਜ਼ਰੂਰਤਾਂ ਨੇ ਬਹੁਤ ਹੀ ਆਸਾਨੀ ਨਾਲ ਵੇਰਕਾ ਮਿਲਕ ਪਲਾਂਟ ਪੂਰੀਆਂ ਕਰਦਾ ਹੈ ਮਾਝੇ ਦਾ ਦਿਲ ਹੈ ਵੇਰਕਾ ਮਿਲਕ ਪਲਾਂਟ ਇਸ ਵਕਤ ਅਸੀਂ ਪਿੰਡ ਵੇਰਕਾ ਜੋ ਕਿ ਪਾਰਟੀਸ਼ਨ ਦੇ ਟਾਈਮ 'ਤੇ ਵੇਰਕਾ ਇੱਕ ਪਿੰਡ ਸੀ ਪਰ ਹੁਣ ਤਾਂ ਕਾਫੀ ਵੱਡਾ ਇੱਕ ਕਸਬਾ ਬਣ ਚੁੱਕਾ ਹੈ ਔਰ ਇਸ ਕਸਬੇ ਦੀਆਂ ਛੋਟੀਆਂ ਛੋਟੀਆਂ ਪੱਤੀਆਂ ਅੱਜ ਵੀ ਮੌਜੂਦ ਨੇ ਜਿਨ੍ਹਾਂ ਵਿੱਚੋਂ ਇੱਕ ਪੱਤੀ ਹੈ ਪੱਤੀ ਸੋਹਣ ਸਿੰਘ ਦੀ ਅਤੇ ਅਸੀਂ ਭਾਅ ਜੀ ਹੋਰਾਂ ਦੇ ਨਾਲ ਥੋੜ੍ਹੀ ਬਹੁਤੀ ਗੱਲਬਾਤ ਕਰਾਂਗੇ ਇਸ ਵੇਰਕੇ ਪਿੰਡ ਦੇ ਬਾਰੇ 'ਚ ਸਤਿ ਸ਼੍ਰੀ ਅਕਾਲ ਭਾਅ ਜੀ ਸਤਿ ਸ਼੍ਰੀ ਅਕਾਲ ਜੀ
ਭਾਜੀ ਕੀ ਨਾਂ ਜੀ ਤੁਹਾਡਾ? ਮੇਰਾ ਨਾਮ ਸੁਰਜੀਤ ਸਿੰਘ ਜੀ। ਅੱਛਾ ਭਾਜੀ, ਇਹ ਜਿਹੜਾ ਵੇਰਕਾ ਆ ਇਹ ਕਿੰਨਾ ਕੁ ਮਤਲਬ ਹੁਣ ਪਹਿਲਾਂ ਨਾਲੋਂ ਜ਼ਿਆਦਾ ਡਿਵੈਲਪ ਹੋ ਗਿਆ? ਪਹਿਲਾਂ ਨਾਲੋਂ ਤਾਂ ਬਹੁਤ ਜ਼ਿਆਦਾ ਡਿਵੈਲਪ ਹੋ ਚੁੱਕਾ ਜੀ। ਪਹਿਲਾਂ ਤਾਂ ਮੇਰੇ ਹਿਸਾਬ ਨਾਲ ਗਿਣਤੀ ਦੇ ਵੱਧ ਤੋਂ ਵੱਧ 100 ਘਰ ਹੋਣਾ ਇੱਥੇ, ਅਤੇ ਅੱਜ ਤਾਂ ਕੋਈ ਪਤਾ ਹੀ ਨਹੀਂ ਵੀ ਇੱਥੇ ਕਿੰਨੀ ਕੁ ਆਬਾਦੀ ਹੋ ਚੁੱਕੀ ਹੈ। ਹਾਂਜੀ, ਅਤੇ ਇੱਥੇ ਜਿਹੜੀਆਂ ਇਹ ਲਿਖੀਆਂ ਕਿ ਪੱਤੀਆਂ ਬਣੀਆਂ ਨੇ ਇਸ ਏਰੀਏ 'ਚ ਵੇਰਕਾ ਦੇ ਵਿੱਚ, ਇਹ ਜਿਹੜੀਆਂ ਪੱਤੀਆਂ ਨੇ ਇਹ ਮੁਸਲਮਾਨਾਂ ਦੇ ਟਾਈਮ ਤੋਂ ਹੀ ਨੇ? ਪਹਿਲਾਂ ਤੋਂ ਹੀ ਚੱਲਦੀਆਂ ਆ ਰਹੀਆਂ ਜੀ, ਪੱਤੀ ਪੱਤੀ ਸੋਨ ਦੀ, ਪੱਤੀ ਹਰਦਾਸ ਦੀ, ਪੱਤੀ ਜੈਲਦਾਰਾਂ ਦੀ, ਮਤਲਬ ਕਾਫੀ ਪੱਤੀਆਂ ਨੇ ਵੇਰਕੇ ਦੇ ਵਿੱਚ। ਹਾਂਜੀ, ਅਤੇ ਇੱਥੋਂ ਦੀ ਆਬਾਦੀ ਕਿੰਨੀ ਕੁ ਆ? ਆਬਾਦੀ ਦਾ ਤਾਂ ਹੁਣ ਕੋਈ ਹਿਸਾਬ ਹੀ ਨਹੀਂ ਲੱਗ ਸਕਦਾ, ਮਤਲਬ ਕਿ ਬਾਹਰੋਂ ਬਹੁਤ ਲੋਕ ਆ ਗਏ ਆ ਪਿੰਡਾਂ ਤੋਂ ਉੱਟ ਕੇ, ਕਿਉਂਕਿ ਇੱਥੇ ਤਾਂ ਆ ਗਏ ਆ ਕਿ ਲਾਗੇ ਅੰਮ੍ਰਿਤਸਰ ਪੈਂਦਾ ਆ, ਇਹਨਾਂ ਨੂੰ ਕੋਈ ਲੇਬਰ ਮਜ਼ਦੂਰੀ ਕਰਨ ਵਾਸਤੇ ਲਾਗੇ ਨਜ਼ਦੀਕ ਪੈਂਦਾ ਆ, ਇਸ ਕਰਕੇ। ਹੁਣੇ ਮੈਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰਵਾਵਾਂਗੀ, ਅਤੇ ਆ ਜਾਓ ਜੀ ਫਿਰ ਗੁਰਦੁਆਰਾ ਸਾਹਿਬ ਚੱਲਦੇ ਆ ਦਰਸ਼ਨਾਂ ਨੂੰ। ਗੁਰਦੁਆਰਾ ਨਾਨਕਸਰ ਵੇਰਕਾ ਦੇ ਬਿਲਕੁਲ ਸਾਹਮਣੇ ਖੜੀ ਹਾਂ ਜੀ, ਬਿਲਕੁਲ ਤੁਹਾਨੂੰ ਹੁਣੇ ਦਰਸ਼ਨ ਕਰਵਾਵਾਂਗੀ ਗੁਰਦੁਆਰਾ ਸਾਹਿਬ ਦੇ, ਅਤੇ ਪਹਿਲਾਂ ਆਪਾਂ ਗੁਰਦੁਆਰਾ ਸਾਹਿਬ ਦਾ ਇਤਿਹਾਸ ਜਾਣਨ ਵਾਸਤੇ ਇੱਥੋਂ ਦੇ ਵਸਨੀਕਾਂ ਨਾਲ ਥੋੜ੍ਹੀ ਬਹੁਤੀ ਗੱਲ ਕਰਾਂਗੇ। ਸਤਿ ਸ਼੍ਰੀ ਅਕਾਲ ਭਾਅ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਭਾਅ ਜੀ, ਇਹ ਗੁਰਦੁਆਰਾ ਸਾਹਿਬ ਦਾ ਇਤਿਹਾਸ ਦੱਸੋ ਸਾਨੂੰ। ਇਸ ਦਾ ਇਤਿਹਾਸ ਇਸ ਤਰ੍ਹਾਂ, ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਆਏ ਸੀ। ਅੱਛਾ ਜੀ। ਅੱਗੇ ਬਟਾਲੀਅਨ ਜਾ ਰਹੇ ਸੀ ਅਤੇ ਇੱਥੇ ਆਏ ਸੀ, ਅਤੇ ਇੱਥੇ ਆ ਕੇ ਸਾਡੇ ਉੱਥੇ ਜਿੱਥੇ ਸੜਾ ਬਣਿਆ ਹੈ ਆਪਣਾ ਦਰਸ਼ ਦੇ ਲਾਗੇ, ਉੱਥੇ ਬੈਠ ਕੇ ਕੀਰਤਨ ਕਰ ਰਹੇ ਸੀਗੇ, ਅਤੇ ਇੱਕ ਮਾਤਾ ਆਈ ਜਿਹਨੂੰ ਕਿ ਡਾਕਟਰਾਂ, ਉਹਦੇ ਕੋਲ ਬੱਚਾ ਸੀ ਅਤੇ ਸੁੱਕਾ ਸੀਗਾ, ਅਤੇ ਕਿਤੇ ਉਹ ਹਰਿਆ ਨਹੀਂ ਸੀ ਹੁੰਦਾ ਕੋਈ, ਮਤਲਬ ਉਹਨੂੰ ਰੁਮਾਨ ਨਹੀਂ ਸੀ ਆਉਂਦਾ, ਅਤੇ ਉਹਨੂੰ ਡਾਕਟਰਾਂ ਵੀ ਜਵਾਬ ਦੇ ਦਿੱਤਾ ਸੀਗਾ, ਅਤੇ ਉਹ ਫਿਰ ਇੱਥੇ ਗੁਰੂ ਜੀ ਕੋਲ ਲੈ ਕੇ ਆਏ, ਅਤੇ ਗੁਰੂ ਜੀ ਨੇ ਇੱਥੇ ਇੱਕ ਛੱਪੜੀ ਹੁੰਦੀ ਸੀਗੀ, ਗੁਰੂ ਜੀ ਨੇ ਛੱਪੜੀ ਵੱਲ ਇਸ਼ਾਰਾ ਕੀਤਾ, ਉਹਨਾਂ ਨੇ ਉਸਦੇ ਬੱਚੇ ਨੂੰ ਇਸ਼ਨਾਨ ਕਰਵਾਇਆ, ਅਤੇ ਉਹ ਬੱਚਾ ਨੰਬਰ 9 ਹੋ ਗਿਆ, ਹਰਿਆ ਭਰਿਆ ਹੋ ਗਿਆ। ਉਸ ਜਿਸ ਘਰੋਂ ਆਪਣਾ ਮਾਤਾ ਆਈ ਉੱਥੇ ਵੀ ਗੁਰਦੁਆਰਾ ਬਣਾ ਦਿੱਤਾ ਹੈਗਾ। ਅੱਛਾ, ਕੀ ਨਾਂ ਉਸ ਗੁਰਦੁਆਰਾ ਸਾਹਿਬ ਦਾ? ਉਸ ਗੁਰਦੁਆਰਾ ਮਾਈਆਂ ਦਾ ਗੁਰਦੁਆਰਾ ਕਹਿੰਦੇ ਨੇ ਉਹਨੂੰ। ਅੱਛਾ ਅੱਛਾ ਅੱਛਾ, ਠੀਕ ਹੈ ਠੀਕ ਹੈ ਜੀ, ਠੀਕ ਹੈ ਜੀ। ਜਿਹੜੇ ਵੀ ਇੱਧਰੋਂ ਕਾਫੀ ਜਿਹੜੇ ਇੱਧਰਲੇ ਪੰਜਾਬ ਦੇ ਲੋਕ ਉੱਧਰ ਮਾਈਗ੍ਰੇਟ ਹੋ ਕੇ ਗਏ ਆ, ਉਹਨਾਂ ਨੂੰ ਵੀ ਆਪਣੇ ਮੰਦਰ ਯਾਦ ਆਉਂਦੇ ਹੋਣੇ ਆ, ਜਾਂ ਕਦੀ ਮੰਦਰ ਉਹਨਾਂ ਦੇ ਚੇਤਿਆਂ 'ਚ ਹੋਏਗਾ। ਉਦੋਂ ਤਾਂ ਇਹ ਮੰਦਰ ਬਹੁਤ ਛੋਟਾ ਜਿਹਾ ਸੀ, ਉਸ ਤੋਂ ਬਾਅਦ ਇਸ ਮੰਦਰ ਨੂੰ ਵੱਡਾ ਕੀਤਾ ਗਿਆ। ਦੇਵੀ ਦੇਵਤਿਆਂ ਦੀਆਂ ਮੂਰਤੀਆਂ ਤੁਸੀਂ ਵੇਖ ਰਹੇ ਹੋ, ਪਿੰਡ ਵੇਰਕਾ ਦੇ ਵਿੱਚ ਅਸੀਂ ਪਹੁੰਚ ਚੁੱਕੇ ਹਾਂ ਜੀ, ਇਸ ਵਕਤ ਅਸੀਂ ਇੱਥੋਂ ਦੇ ਵਸਨੀਕਾਂ ਦੇ ਨਾਲ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਬਾਬਾ ਜੀ। ਸਤਿ ਸ਼੍ਰੀ ਅਕਾਲ ਜੀ।
पापा जी तुहाडा नाम की है जी? मेरा नाम पापा मशीना वाला। अच्छा जी, पापा मशीना वाला बहुत वधिया नाम है जी। ए दुकान दा नाम नहीं उपर लिखिया तुसी? दुकान दा नाम नहीं लिखिया, मेरी किराए ते दुकान है। अच्छा, ते इत्थे मशीना ठीक करो करदे हो तुसी? हां जी। ठीक है जी, ठीक है जी। बहुत बड़ा पुरातन समय के नाल जुड़िया चीज़ा ने इत्थे। अजकल तो चलो मशीनीकरण के काफ़ी लोग एडवांस चले गए, पर फिर भी बड़ा वधिया लगा जी इत्थे पुरानियां चीज़ा वेख के। तो बाबा जी जिहड़ी ए धर्मशाला नाल है, तो ये धर्मशाला का इतिहास दसो कुछ। ये बाबे नानक दी इत्थे जंज ठहरी सी। अच्छा, ये उदों दा नाम इत्थे पै गया वड्डी धर्मशाला। नहीं नहीं, गुरु नानक देव जी का विआह तो बटाले होया सी, तो इत्थे जंज किवें ठहरी? जदों जंज आई आ ना, उदों रस्ते दे विच इह पिंदा बटाले नूं जांदे आ, इह रात इत्थे रही। उदों पुराने जमाने विच जंजां घोड़ियां दे उत्ते गड्डियां दे उत्ते इस तरह करके जांदी हुंदी सी, ते राह दे विच इह फिर इत्थे स्टे उहनां कीता रात रहे। अच्छा, ते इह धर्मशाला जिहड़ी आ उदों दी उन्नी पुराणी आ? उदों दी पुराणी आ, उदों दा पुराणा पिंड आ। इस वक्त वेरका दे बामणा वाला बाजार दे विच मैं खड़ी हाँ जी, ते इत्थों दे वसनीकां नाल गलबात करदे हां कि इस बाजार दा नाल बामणा वाला बाजार क्यों पिया। सत श्री अकाल भाजी। सत श्री अकाल जी। भाजी इस बाजार दा नाल बाजार बामणा वाला क्यों कहिंदे आ इस बाजार नूं? देखो जी, बाजार दा जिहड़ा नाम आ, जिहड़ा कि कागजां पत्तरां च जां कोरस्पोंडेंस एड्रैस दे विच चलदा वा, उह ते चलदा मेन बाजार वेरका पत्ती सोहण दी जद्दी पुश्ती जिहड़े इत्थे घर ने पुराणा पिंड आए, उधरों गुरद्वारे तो बस स्टैंड तो उरां उरां वाली आबादी, और इस साइड तो जाइए तो थे वाले स्कूल तो इधर दी साइड दी जिहड़ी आबादी है जम्मन जत्ती तो, ये जद्दी पुश्ती घर ने। तो जद्दी पुश्ती घर ने इन्हां नूं तकरीबन इत्थे रहिंदिआं नूं तकरीबन कोई सवा सवा सौ डेढ़ डेढ़ सौ साल हो गया, तो इन्हां दे पुरखे भी इत्थे वसदे रहे ने, और बहु गिनती इत्थे जिहड़ी उह ब्राह्मणां ते खत्रियां दी आ, ते हिंदू समुदाय इत्थे ज़्यादा वसदा वा। ब्राह्मणा वाला बाजार इन इस करके कहा जाता वा। तो इस वक्त असं जमन ज्योति के जोड़े संचालक दसमेल सिंह जी उन्होंने गलबात करा। सत श्रीकाल भाजी। सत श्री अकाल भाजी। इस जगह की तुसी सामभ संभाल किन्ने के समय तो कर रहे हो? पहले हाँ ना बड़े मेरे सौदा साहब ही वो ना 1950 के लगभग लगभग करते हुए सेवा, उस तो बाद 2009 के मतलब इतों ना चूड़ा छड़ गए, उस तो बाद मतलब ये गद्दी ना मेरे को चलन रही है। हाँ जी, तो हर साल बाद इतने मेला लगता बहुत भारी कवाल आ मेले को। हाँ जी, तो हर वीरवार संगत आँदी है, मनोकामना पूरी होती है। हाँ जी, मतलब लोग आते आसा मुरादा अपनी पूरी करते झोलियाँ भर के लैके जाते जाते। हाँ जी बिल्कुल बिल्कुल जी। इस जगह मतलब काफ़ी मनता लागे जागे तो पिंड भी आते हैं, लगभग शहरों भी आ जाते हैं कोई वह खरीद सारा पिंड ही इतने आता। हाँ जी हाँ जी, बहुत मनता हैगी, पक्का दरबार यही है वेरके। हाँ जी हाँ जी, बहुत बहुत मेहरबानी।
ਲੈਂਦੇ ਪੰਜਾਬ ਦੇ ਸਾਡੇ ਭੈਣ ਭਰਾਵਾਂ ਦੀ ਪੁਰਜ਼ੋਰ ਮੰਗ ਦੇ ਉੱਤੇ ਉਹਨਾਂ ਨੇ ਸਾਡੇ ਕੋਲ ਬਹੁਤ ਡਿਮਾਂਡ ਕੀਤੀ ਸੀ ਕਿ ਉਹਨਾਂ ਦਾ ਪਿੰਡ ਵੇਰਕਾ ਵਿਖਾਇਆ ਜਾਵੇ। ਸੋ ਅੱਜ ਮੈਂ ਵੇਰਕੇ ਦੀ ਕਵਰੇਜ ਕੀਤੀ, ਬਹੁਤ ਜਲਦੀ ਤੁਹਾਨੂੰ ਇਹ ਵੀਡੀਓ ਵੇਖਣ ਨੂੰ ਮਿਲੇਗੀ। ਅਤੇ ਤੁਸੀਂ ਸਾਰਿਆਂ ਨੇ ਇਹ ਜਿਹੜੀ ਵੀਡੀਓ ਆ ਪੰਜਾਬੀ ਲਹਿਰ ਸਾਂਝਾ ਵੱਲੋਂ ਜਿਹੜਾ ਚੈਨਲ ਚਲਾਇਆ ਗਿਆ, ਇਸ ਦੀ ਇਹ ਵੀਡੀਓ ਨੂੰ ਬਹੁਤ ਜ਼ਿਆਦਾ ਸ਼ੇਅਰ ਕਰਿਓ, ਬਹੁਤ ਜ਼ਿਆਦਾ ਲਾਈਕ ਕਮੈਂਟ ਕਰਿਓ ਤਾਂ ਕਿ ਮੇਰੇ 'ਚ ਐਨਰਜੀ ਬਣੀ ਰਹੇ ਅਤੇ ਤੁਹਾਨੂੰ ਮੈਂ ਹੋਰ ਤੁਹਾਡੇ ਪਸੰਦੀਦਾ ਪ੍ਰੋਗਰਾਮ ਸੋਹਣੇ ਪਿੰਡ ਪੰਜਾਬ ਦੇ ਵਿੱਚ ਹੋਰ ਪਿੰਡ ਵਿਖਾ ਸਕਾਂ। ਤਦ ਤੱਕ ਲਈ ਅੱਲਾ ਹਾਫਿਜ਼। ਕੈਮਰਾਮੈਨ ਸਨੀ ਦੇ ਨਾਲ ਤਜਿੰਦਰ ਕੌਰ।